ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜਿਆਨ ਪੰਜਾਬ ਚ ਇਤਿਹਾਸਪਤਲ ਚ ਹੋਈ ਬੱਚੇ ਦੀ ਮੌਤ ਪਰਿਵਾਰ ਨੇ ਲਾਇਏ ਇਹ ਦੋਸ਼ ਕੀਤਾ ਹੰਗਾਮਾ ਜੀ ਹਾਂ ਤਾਜ਼ਾ ਵੱਡੀ ਖਬਰ ਆਈ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਇਸ ਹਸਪਤਲ ਚ ਬੱਚੇ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਗੰਭੀਰ ਦੋਸ਼ ਲਗਾਏ ਗਏ ਨੇ ਤੇ ਹੰਗਾਮਾ ਕੀਤਾ ਗਿਆ ਹੈ ਪਰਾਪਰ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹੀਨੇ ਦੀ ਬੱਚੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲ ਦੇ ਖਿਲਾਫ ਜਮ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਪਰਿਵਾਰ ਮੈਂਬਰਾਂ ਵੱਲੋਂ ਦੋਸ਼ ਲਗਾਏ ਗਏ ਨੇ ਡਾਕਟਰਾਂ ਨੂੰ ਬੱਚੇ ਦੀ ਬਿਮਾਰੀ ਬਾਰੇ ਸਮਝ ਨਹੀਂ ਆਇਆ ਜਿਸ ਵੱਲੋਂ ਕਦੇ ਆਖਿਆ ਗਿਆ ਕਿ ਬੱਚੇ ਨੂੰ ਬੁਖਾਰ ਹੈ ਉਸ ਦੇ ਮੂੰਹ ਛਾਲ ਲੈਨੇ ਕਦੇ ਬੱਚੇ ਨੂੰ ਕਮਜ਼ੋਰ ਹੋਣ ਦੀ ਗੱਲ ਆਕੇਗੀ ਤੇ ਬੱਚੇ ਦੀ ਸਿਹਤ ਜ਼ਿਆਦਾ ਖਰਾਬ ਹੋਣ ਤੇ ਉਸ ਨਮਨੇ ਸਰਪੇਜ਼ਾ ਜਿੱਥੇ ਬੱਚੇ ਦੀ ਮੌਤ ਹੋ ਗਈ ਇਸ ਕਰਨਾ ਜਾਣਕਾਰੀ ਦਿੰਦੇ ਹੋਏ ਦੂਜੇ ਹਸਪਤਾਲ ਦੇ ਡਾਕਟਰ ਚੇਤਨ ਅੰਦਵਾਲਾ ਨੇ ਦੱਸਿਆ ਕਿ ਜਿਵੇਂ 8 ਮਹੀਨੇ ਦੇ ਬੱਚੇ ਦੋ ਜੁੜਵਾ ਬੱਚਾ ਨੇ ਜਨਮ ਲਿਆ ਸੀ ਜਿਸ ਵਿੱਚ ਇੱਕ ਬੱਚੇ ਦਾ ਜਨਮ ਤੋਂ 2-3 ਦਿਨ ਬਾਅਦ ਹੀ ਮੌਤ ਹੋ ਗਈ ਸੀ ਤੇ ਦੂਜੀ ਬੱਚੀ ਨੂੰ ਵੀ ਬਿਮਾਰ ਹੋਣ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਡਾਕਟਰਾਂ ਵੱਲੋਂ ਬੱਚੀ ਨੂੰ ਹੋਰ ਹਸਪਤਾਲ ਲੈ ਜਾਣ ਵਾਸਤੇ ਕਿਹਾ ਸੀ ਪਰ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਕੀਤਾ ਜਾਣ ਦੀ ਮੰਗ ਕੀਤੀ ਸੀ ਹੁਣ ਕਈ ਦਿਨ ਬੀਤਣ ਦੇ ਤੇ ਬੱਚੀ ਦੀ ਹਾਲਤ ਗੰਭੀਰ ਹੋਣ ਤੇ ਅੰਮ੍ਰਿਤਸਰ ਭੇਜਿਆ ਗਿਆ ਸੀ ਦੱਸਿਆ ਗਿਆ ਹੈ ਕਿ ਬੱਚੀ ਦੀ ਰਸਤੇ ਚ ਹੀ ਮੌਤ ਹੋ ਗਈ ਇਸ ਵੇਜ ਹਸਪਤਾਲ ਦੀ ਕੋਈ ਗਲਤੀ ਨਹੀਂ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਖਿਲਾਫ ਜੰਮ ਕੇ ਨਾਰਾਬਾਜ਼ੀ ਕੀਤੀ ਜਾ ਰਹੀ ਹੈ